ਸੰਧੂ ਸਾਹਿਬ ਆ ਦੇਖੋ ਬੰਦੇ ਦਾ ਮੂੰਹ ਬਣਿਆ ਹੋਇਆ। ਹਾਂ ਹਾਂ ਪਵਨ, ਬੰਦੇ ਦਾ ਮੂੰਹ ਤਾਂ ਬਣਿਆ ਹੋਇਆ ਹੈ। ਹਾਂਜੀ, ਤੇ ਆਪਾਂ ਨਾਰੀਅਲ ਇਹ ਲੈ ਕੇ ਨਾ ਤੇ ਇਹਦੇ ਵਿੱਚ ਆ ਸਾਬਣ ਪਾ ਦੇਣੀ ਹੈ। ਓਹੋ ਪਵਨ, ਕੱਚੇ ਨਾਰੀਅਲ ਸਾਬਣ ਕਿਉਂ ਪਾਈ ਜਾਂਦੀ ਹੈ? ਨਾਰੀਅਲ ਕਿਉਂ ਖਰਾਬ ਕਰੀ ਜਾਂਦੀ ਹੈ? ਸੰਧੂ ਸਾਹਿਬ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਈ, ਬਾਜ਼ਾਰਾਂ ਦੇ ਵਿੱਚ ਇੰਨੀ ਜ਼ਿਆਦਾ ਠੱਗੀ, ਬਹੁਤ ਜ਼ਿਆਦਾ ਠੱਗੀ ਹੋ ਰਹੀ ਹੈ। ਉਹ ਕਿਵੇਂ ਪਵਨ, ਮੈਂ ਸਮਝਿਆ ਨਹੀਂ ਕੋਈ ਗੱਲ ਤੇਰੀ। ਬਸ ਬਸ ਆਪਾਂ ਸਾਰੇ ਦੋਸਤਾਂ ਨੂੰ ਦੱਸਦੇ। ਹਾਂਜੀ, ਪਹਿਲਾਂ ਆਪਾਂ ਦੋਸਤਾਂ ਦੇ ਨਾਮ ਬੋਲ ਦਈਏ। ਪਹਿਲਾ ਨਾਮ ਹੈ ਜੀ ਪਰਵਿੰਦਰ ਔਲਖ, ਗੋਰਾ ਸੰਧੂ, ਲਾਭ ਸਿੰਘ, ਦੀਪ ਦਿਓਲ, ਸਾਹਿਬ ਸਰਾਂ, ਗੁਰਜੰਟ ਸਿੰਘ ਤੇ ਸ਼ੇਰ ਸਿੰਘ। ਸੋ ਦੋਸਤੋ, ਅਗਲੀ ਵੀਡੀਓ ਤੁਹਾਡੇ ਵੀ ਨਾਮ ਲਵਾਂਗੇ, ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ। ਹਾਂਜੀ, ਤੇ ਹੁਣ ਆਪਾਂ ਦੇਖਦੇ ਹਾਂ ਦੋਸਤੋ ਵੀ ਪਵਨ ਕੀ ਬਣਾ ਰਹੀ ਸੀ ਨਾਰੀਅਲ ਤੇ ਸਾਬਣ ਤੋਂ। ਹਾਂਜੀ, ਨਾਰੀਅਲ ਤੋਂ ਤੇ ਸਾਬਣ ਤੋਂ ਕੀ ਚੀਜ਼ ਬਣ ਰਹੀ ਸੀ ਪਵਨ? ਸੰਧੂ ਸਾਹਿਬ ਕੱਲ ਮੈਂ ਬਾਜ਼ਾਰ ਗਈ ਸੀ ਤੇ ਮੈਂ ਤਾਂ ਹੈਰਾਨ ਹੀ ਰਹਿ ਗਈ, ਛੋਟੀ ਜੀ ਚੀਜ਼ ਸੀ ਸਿਰਫ 100 ਗ੍ਰਾਮ ਦੀ ਤੇ ਆ ਰਹੀ ਸੀ 500 ਦੀ। ਅੱਛਾ, ਐਵੇਂ ਦੀ ਕੀ ਚੀਜ਼ ਸੀ? ਬਹੁਤ ਹੀ ਵੈਸੇ ਫਾਇਦੇ ਵਾਲੀ ਚੀਜ਼ ਸੀਗੀ ਤੇ ਮੈਂ ਆਖਿਆ ਚਲੋ ਅੱਜ ਆਪਾਂ ਘਰੇ ਹੀ ਬਣਾਉਂਦੇ ਆ। ਤੇ ਦੋਸਤੋ ਉਹਦੇ ਲਈ ਤੁਸੀਂ ਜਿਹੜਾ ਕਿ ਕੱਚਾ ਨਾਰੀਅਲ ਲੈ ਲੈਣਾ ਤੇ ਆਪਾਂ ਇਹ ਕੱਚੇ ਨਾਰੀਅਲ ਦੀ ਗਿਰੀ ਨੂੰ ਜਿਹੜਾ ਕਿ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਲਿਆ। ਠੀਕ ਠੀਕ। ਹਾਂਜੀ, ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਜਿਹੜਾ ਕਿ ਗ੍ਰੈਂਡ ਕਰ ਲਾਂਗੇ। ਹਾਂਜੀ ਪਵਨ। ਹਾਂਜੀ, ਆਪਾਂ ਇਹਨੂੰ ਜਿਹੜਾ ਕਿ ਪਹਿਲਾਂ ਗ੍ਰੈਂਡ ਕਰ ਲਈਏ, ਇਹਦਾ ਪੇਸਟ ਬਣਾ ਲਈਏ। ਠੀਕ। ਹਾਂਜੀ, ਹੁਣ ਆਪਣਾ ਪੇਸਟ ਆ ਜਿਹੜਾ ਕਿ ਬਣ ਕੇ ਹੋ ਗਿਆ ਜੀ ਤਿਆਰ। ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਕਿ ਸਮੂਥ ਪੇਸਟ ਬਣਿਆ। ਹਾਂਜੀ ਹਾਂਜੀ। ਨਾਰੀਅਲ ਜਿਹੜਾ ਤੁਸੀਂ ਬਿਲਕੁਲ ਕੱਚਾ ਲੈਣਾ, ਦੇਖੋ। ਠੀਕ ਹੈ ਜੀ, ਤੇ ਹੁਣ ਆਪਾਂ ਇਹਨੂੰ ਰੱਖਦੇ ਹਾਂ ਜੀ ਇੱਕ ਵਾਰੀ ਸਾਈਡ ਤੇ। ਪਵਨ ਬਣ ਕੀ ਰਿਹਾ ਮੈਨੂੰ ਸਮਝ ਨਹੀਂ ਆ ਰਹੀ। ਹਾਂਜੀ, ਇਹ ਆਪਾਂ ਨਾਰੀਅਲ ਵਾਲੀ ਜਿਹੜੀ ਕਿ ਸੋਪ ਬਣਾ ਰਹੇ ਆ। ਉਹ ਕਾਹਦੇ ਕੰਮ ਆਉਂਦੀ ਪਵਨ? ਉਹ ਜਿਵੇਂ ਹੁਣ ਗਰਮੀਆਂ ਦੇ ਵਿੱਚ ਪਿੰਪਲਸ ਵਗੈਰਾ ਬਹੁਤ ਹੋ ਜਾਂਦੇ ਆ, ਕਈਆਂ ਦੇ ਖੁਸ਼ਕੀ ਜ਼ਿਆਦਾ ਹੋ ਜਾਂਦੀ ਆ, ਹਨਾ। ਠੀਕ। ਤੇ ਜਿਹੜਾ ਇਹ ਕੱਚਾ ਨਾਰੀਅਲ ਹੁੰਦਾ ਤੇ ਹੁਣ ਆਪਾਂ ਨੂੰ ਜਿਹੜੀ ਚਾਹੀਦੀ ਹੈ ਜੀ ਪੀਅਰ ਸੋਪ। ਨਾਰੀਅਲ ਵਾਲਾ ਸਾਬਣ ਘਰੇ ਕਿਵੇਂ ਬਣ ਜੋਗੇ, ਮੈਨੂੰ ਨਹੀਂ ਸਮਝ ਆ ਰਹੀ ਯਾਰ। ਬਹੁਤ ਹੀ ਵਧੀਆ, ਤੇ ਮੇਰੀ ਇੱਕ ਫਰੈਂਡ ਨੇ ਬਣਾਇਆ ਸੀ ਤੇ ਉਹਨੇ ਮੈਨੂੰ ਦੱਸਿਆ ਸੀ, ਕਹਿੰਦੀ ਉਹਦੇ ਨਾਲ ਫਾਇਦੇ ਵੀ ਬਹੁਤ ਜ਼ਿਆਦਾ ਹੋਏ ਸੀ ਜੀ, ਜਿਹੜੀ ਚੀਜ਼ ਆਪਾਂ ਘਰੇ ਬਣਾਉਂਦੇ ਹਾਂ। ਅੱਛਾ, ਉਹ ਸਾਬਣ ਨਾਰੀਅਲ ਲਿਆ ਤੇ ਸਾਬਣ ਕਿਵੇਂ ਬਣ ਜੂਗੀ? ਹਾਂਜੀ, ਬਸ ਇਹਦੇ ਵਿੱਚ ਆਪਾਂ 3-4 ਚੀਜ਼ਾਂ ਬਣਾਵਾਂਗੇ, ਉਹ ਵੀ ਆਪਣੇ ਘਰ ਦੀਆਂ ਹੀ ਮਿਲਾ ਕੇ। ਠੀਕ। ਤੇ ਹਾਂਜੀ, ਤੇ ਫਿਰ ਆਪਣੀ ਜਿਹੜੀ ਇਹ ਸਾਬਣ ਬਣ ਕੇ ਤਿਆਰ ਹੋ ਜੂਗੀ, ਇਹ ਆਪਾਂ ਹੁਣ ਮੈਲਟ ਕਰ ਲਾਂਗੇ। ਠੀਕ ਠੀਕ ਹੈ ਜੀ। ਮੈਲਟ ਕਿਵੇਂ ਹੋਊਗੀ? ਮੈਲਟ ਕਰਨ ਵਾਸਤੇ ਆਪਾਂ ਇੱਧਰ ਜਿਹੜਾ ਕਿ ਇੱਕ ਪੈਨ ਦੇ ਵਿੱਚ ਆਪਾਂ ਪਾਣੀ ਜਿਹੜਾ ਗਰਮ ਕਰ ਲਿਆ ਤੇ ਹਾਂਜੀ, ਤੇ ਹੁਣ ਇਹਦੇ ਵਿੱਚ ਹੋ ਜੂਗੀ ਇਹ ਮੈਲਟ। ਹਾਂਜੀ ਹਾਂਜੀ, ਜਿੰਨਾ ਚਿਰ ਆਪਣੀ ਸਾਬਣ ਜਿਹੜੀ ਕਿ ਮੈਲਟ ਹੁੰਦੀ ਆ ਉਹਨਾਂ ਚਿਰ ਆਪਾਂ ਕੀ ਕਰਦੇ, ਜਿਹੜੀ ਐਲੋਵੀਰਾ ਆਪਾਂ ਨੈਚੁਰਲ ਐਲੋਵੀਰਾ ਲਿਆ ਜੀ, ਇਹਦੇ ਆਪਾਂ ਪੀਸ ਕਰਕੇ ਜਾਨੀ ਕਿ ਇਹਨੂੰ ਗ੍ਰੈਂਡ ਕਰ ਲਾਂਗੇ। ਅੱਛਾ, ਐਲੋਵੀਰਾ ਵੀ ਵਿੱਚ ਪਾਵਾਂਗੇ ਆਪਾਂ? ਹਾਂਜੀ, ਤੁਸੀਂ ਜਿਹੜੇ ਕਿ ਐਲੋਵੀਰਾ ਵੈਸੇ ਤਾਂ ਦੂਸਰੀ ਵੀ ਲੈ ਸਕਦੇ ਹੋ ਜਿਹੜੀ ਬਾਜ਼ਾਰੀ ਹੁੰਦੀ ਆ, ਪਰ ਜੇਕਰ ਤੁਹਾਡੇ ਕੋਲੇ ਫਰੈਸ਼ ਐਲੋਵੀਰਾ ਹੈਗਾ ਜੀ ਤੇ ਫਿਰ ਤਾਂ ਇਹਦਾ ਰਿਜ਼ਲਟ ਜਿਹੜਾ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਮਿਲੂਗਾ। ਤੇ ਹੁਣ ਆਪਾਂ ਇਹਨੂੰ ਵੀ ਗ੍ਰੈਂਡ ਕਰ ਲਈਏ। ਲਓ ਜੀ ਦੋਸਤੋ, ਹੁਣ ਆਪਣੇ ਕੋਲੇ ਆ ਗਿਰੀ ਵਾਲਾ ਹੋ ਗਿਆ, ਜਿਹੜਾ ਆਪਾਂ ਨਾਰੀਅਲ ਜਿਹੜੀ ਕਿ ਕ੍ਰਸ਼ ਕੀਤਾ ਸੀ ਚੰਗੀ ਤਰ੍ਹਾਂ, ਜਿਹੜਾ ਕਿ ਆਪਾਂ ਬਾਅਦ ਦੇ ਵਿੱਚ ਜਿਹੜਾ ਪੇਸਟ ਬਣਾ ਲਿਆ, ਇੱਧਰ ਆਪਣੇ ਕੋਲੇ ਫਰੈਸ਼ ਐਲੋਵੀਰਾ ਜੈਲ ਹੋਗੀ ਤੇ ਇੱਧਰ ਆਪਣੀ ਜਿਹੜੀ ਸਾਬਣ ਹੈ ਉਹ ਵੀ ਮੈਲਟ ਹੋਈ ਪਈ ਆ। ਠੀਕ ਠੀਕ ਹੈ ਜੀ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2-2 ਚਮਚ ਜਿਹੜੇ ਕਿ ਆਪਾਂ 2 ਚਮਚ ਇਹਦੇ ਵਿੱਚ ਪਾ ਦਿੰਨੇ ਆ। ਅੱਛਾ, ਨਾਰੀਅਲ ਵਿੱਚ ਪਾਤਾ ਇਹਦੇ? ਹਾਂਜੀ, ਨਾਰੀਅਲ ਦੇ। ਠੀਕ। ਤੇ ਨਾਲ ਹੀ ਆਪਾਂ ਇਹਦੇ ਪਾ ਦਿੰਨੇ ਆ ਐਲੋਵੀਰਾ ਜੈਲ, 1 ਵਿਟਾਮਿਨ ਈ ਦਾ ਕੈਪਸੂਲ। ਹਾਂ, ਆਪਣੇ ਕੋਲੇ ਵਿਟਾਮਿਨ ਈ ਦਾ ਕੈਪਸੂਲ ਹੈ। ਠੀਕ। ਤੇ ਹੁਣ ਆਪਾਂ ਨਾਲ ਹੀ ਇਹਦੇ ਵਿੱਚ 1 ਚਮਚ ਪਾ ਦਾਂਗੇ ਜੀ ਗਲਿਸਰੀਨ ਦਾ। ਇਹਦੇ ਨਾਲ ਕੀ ਹੈ ਕਿ ਤੁਹਾਡੇ ਜਿਹੜੇ ਜਿਨ੍ਹਾਂ ਦੇ ਜ਼ਿਆਦਾ ਖੁਸ਼ਕੀ ਮਤਲਬ ਕਿ ਸਕਿਨ ਰਹਿੰਦੀ ਆ, ਡਰਾਈ ਜ਼ਿਆਦਾ ਰਹਿੰਦੀ ਹੈ ਜਿਨ੍ਹਾਂ ਦੀ, ਉਹਨਾਂ ਵਾਸਤੇ ਗਲਿਸਰੀਨ। 1 ਚਮਚ ਆਪਾਂ ਗਲਿਸਰੀਨ ਦਾ ਪਾ ਲਿਆ ਜੀ। ਹੁਣ ਆਪਾਂ ਇਹਨੂੰ ਕਰ ਦਿੰਦੇ ਹਾਂ ਚੰਗੀ ਤਰ੍ਹਾਂ ਮਿਕਸ। ਹੁਣ ਆਪਣੇ ਕੋਲ ਹੈਗੇ ਆ ਜੀ ਸਿਲੀਕੋਨ ਦੇ ਮੋਲਡ, ਅਤੇ ਤੁਸੀਂ ਜਿਹੜਾ ਕਿ
ਹੋਰ ਵੀ ਕਿਸੇ ਗਲਾਸ ਵਗੈਰਾ 'ਚ ਜਾਂ ਕੌਲੀ 'ਚ ਜਮਾ ਸਕਦੇ ਹੋ। ਠੀਕ ਆ, ਹਾਂਜੀ, ਅਤੇ ਹੁਣ ਆਪਾਂ ਇਹਨਾਂ ਦੇ ਵਿੱਚ ਇਹਨੂੰ ਫਿੱਲ ਕਰ ਦਾਂਗੇ ਜੀ। ਠੀਕ, ਇਹ ਜੰਮ ਜਾਣਗੇ ਪਵਨ? ਬਿਲਕੁਲ ਜੀ, ਤੁਸੀਂ ਰੂਮ ਟੈਂਪਰੇਚਰ 'ਤੇ ਰੱਖ ਕੇ ਵੀ ਜਮਾ ਸਕਦੇ ਹੋ, ਅਤੇ ਨਹੀਂ ਤਾਂ ਫਿਰ ਤੁਸੀਂ ਫਰਿੱਜ ਦੇ ਵਿੱਚ ਰੱਖ ਦਿਓ। ਤੇ ਦੋਸਤੋ ਵੀ ਨਾਰੀਅਲ ਵਾਲੇ ਸਾਬਣ ਨਾਲ ਖਾਣੇ ਕਿੰਨੇ ਦੱਸਿਆ ਸੀ ਪਵਨ ਤੈਨੂੰ? ਮੇਰੀ ਇੱਕ ਫਰੈਂਡ ਨੇ ਦੱਸਿਆ ਸੀਗਾ ਜੀ, ਉਹਦੀ ਜਿਹੜੀ ਸਕਿਨ ਹੈ ਕਾਫੀ ਡਰਾਈ ਸੀਗੀ ਤੇ ਪਿੰਪਲ ਵੀ ਪਿੰਪਲਸ ਸੀ। ਬਹੁਤ ਹੁੰਦੀਆਂ ਸੀਗੀਆਂ ਯਾਨੀ ਠੀਕ ਕਿ ਗਰਮੀ ਦੇ ਨਾਲ। ਠੀਕ ਆ, ਹਾਂਜੀ, ਤੇ ਹੁਣ ਆਪਾਂ ਇਹਨੂੰ ਰੱਖ ਦਿੰਦੇ ਹਾਂ ਫਰਿੱਜ ਦੇ ਵਿੱਚ। ਤੇ ਹਾਂਜੀ, ਸਾਬਣ ਆ ਜਿਹੜੀ ਆਪਣੀ ਬਣ ਕੇ ਹੋ ਗਈ ਆ ਜੀ ਤਿਆਰ, ਜਿਹਨੂੰ ਆਪਾਂ 5-7 ਮਿੰਟ ਜਿਹੜਾ ਕਿ ਫਰਿੱਜ ਦੇ ਵਿੱਚ ਹੀ ਰੱਖ ਲਿਆ ਸੀਗਾ। ਵਾਓ, ਪਵਨਾ ਤਾਂ ਸਾਬਣ ਹੀ ਬਾਲੀ ਘੈਂਟ ਤਿਆਰ ਹੋਈ ਯਾਰ। ਬਿਲਕੁਲ ਜੀ, ਆਹ ਦੇਖੋ। ਆ ਦੇਖੋ ਦੋਸਤੋ, ਪਵਨ ਨੇ ਤਾਂ ਕਮਾਲ ਕਰਤਾ ਯਾਰ, ਘੈਂਟ ਗੱਲਬਾਤ ਬਣ ਗਈ ਪਵਨ। ਹਾਂਜੀ, ਇਹਦੇ ਨਾਲ ਦੀ ਸੀ ਸੌਪ ਸਮਝਾਵਾਂ ਉਹ ਜਿਹੜੀ ਬਾਜ਼ਾਰ ਵਾਲੀ। ਹਾਂਜੀ ਬਿਲਕੁਲ ਜੀ, ਸਗੋਂ ਮੈਨੂੰ ਲੱਗਦਾ ਵੀ ਉਹਦੇ ਵਿੱਚ ਤਾਂ ਘੱਟ ਚੀਜ਼ਾਂ ਹੀ ਪਾਈਆਂ ਹੋਣਗੀਆਂ, ਤੇ ਆਪਾਂ ਜਿਹੜੀਆਂ ਕਿ ਜ਼ਿਆਦਾ ਚੀਜ਼ਾਂ ਪਾ ਕੇ ਸਗੋਂ ਜ਼ਿਆਦਾ ਵਧੀਆ ਬਣਾ ਲਈਏ। ₹15 ਦੇ ਵਿੱਚ ਆ ਜਿਹੜੀ ਸਾਬਣ ਬਣ ਕੇ ਤਿਆਰ ਹੋ ਗਈ ਆ ਦੋਸਤੋ, ਤੁਸੀਂ ਜਿਹੜੇ ਕਿ ਘਰ ਵਰਗੀ ਤਾਂ ਕੋਈ ਰੀਸ ਨਹੀਂ ਹੁੰਦੀ, ਘਰੇ ਬਣਾ ਕੇ ਜ਼ਰੂਰ ਦੇਖਿਓ ਤੇ ਬਹੁਤ ਵਧੀਆ ਦਾ ਰਿਜ਼ਲਟ ਮਿਲਦਾ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ। ਨੈਕਸਟ ਵੀਡੀਓ 'ਚ ਆਪਾਂ ਤੁਹਾਡਾ ਵੀ ਨਾਮ ਲਵਾਂਗੇ।